अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा के जोगी नगर में बड़ी ही अजीब घटना घटी। एक घर में फ्रिज के फ्रीजर में शिवलिंग प्रकट होने की खबर फैलते ही लोग घर में फ्रिज के फ्रीजर में बने शिवलिंग के दर्शन करने के लिए उमड़ पड़े। लोगों ने फ्रिज में जमी हुई बर्फ को भगवान शिव की कृपा बताकर उस पर फूल माला चढ़ाने शुरू कर दी। धीरे धीरे जैसे यह खबर फैलते कई आसपास अफसर गली मोहल्लों के लोग भी भगवान शिव के दर्शनों के लिए फ्रिज में बने शिवलिंग को देखने के लिए पहुँचने लगे। घर के मालिक विजय कुमार ने बताया कि उनके घर पर भगवान भोलेनाथ की कृपा हुई है, क्योंकि सावन का महीना चल रहा है और वह है भोलेनाथ की भक्ति करते हैं और इस पावन महीने में उनके परिवार पर कृपा हुई है। भगवान शिव उनके फ्रिज में साक्षात बैठे हैं। भगवान शिव का शिवलिंग फ्रिज में साक्षात दिखाई दे रहा है और उसे देखकर साक्षात भगवान के दर्शन हो रहे। लोग भी अंधविश्वास के चलते फ्रिज में जमी बर्फ पर फूल माला चढ़ाते हैं और रोजाना शाम को कीर्तन भी किया जाने लग गया है। ਕੀ ਕਹਿਣਾ ਚਾਹੋਗੇ ਜਿਹੜੀ ਇਹ ਸ਼ਿਵਲਿੰਗ ਦੀ ਤੁਸੀਂ ਗੱਲ ਕਰ ਰਹੇ ਹੋ? ਕਿੱਥੇ ਸਾਡੇ ਫ੍ਰਿਜ ਦੇ ਵਿੱਚ ਸ਼ਿਵਲਿੰਗ ਬਣਿਆ ਹੈ ਜੀ, ਇਹ ਉਹਨੂੰ 8-10 ਦਿਨ ਹੋ ਗਏ ਨੇ, ਜਿਵੇਂ ਸੌਣ ਚੱਲ ਰਿਹਾ ਬਾਬੇ ਦਾ। ਲੋਕੀ ਅਮਰਨਾਥ ਜਾ ਰਹੇ ਆ, ਸਾਡੇ ਗੁਰਬਾਨੀ ਬਾਬਾ ਸਾਡੇ ਘਰੇ ਆ ਗਏ ਫ੍ਰਿਜ ਦੇ ਵਿੱਚ। ਸਾਨੂੰ ਬਹੁਤ ਸ਼ਰਧਾ ਜਗੀ ਸਾਡੀ, ਅਸੀਂ ਲੋਕੀ ਸੰਗਤ ਆ ਰਹੀ ਹੈ ਦਰਸ਼ਨ ਕਰਨ ਵਾਸਤੇ ਆ ਰਹੀ ਹੈ ਇੱਥੇ। ਡੇਲੀ ਦੇਖਣ ਚ ਤਾਂ ਬਰਫ ਲੱਗਦੀ ਸ਼ਿਵਲਿੰਗ ਬਾਬੇ ਦਾ ਜੀ। ਇਹਦੇ ਵਿੱਚ ਲੋਕਾਂ ਨੂੰ ਦਰਸ਼ਨ ਬਹੁਤ ਹੋਏ ਜੀ, ਸੰਗਤ ਕਰੀ ਹੈ, ਇਹਨਾਂ ਨੂੰ ਅਲੱਗ ਅਲੱਗ ਦਰਸ਼ਨ ਹੋਏ ਇਹਨਾਂ ਨੂੰ ਸਾਰਿਆਂ ਨੂੰ। ਕਿਸੇ ਭੋਲੇ ਸ਼ੰਕਰ ਜੀ ਦਿਖੇ, ਕਿਸੇ ਪਾਰਵਤੀ ਜੀ ਦਿਖੇ, ਕਿਸੇ ਗਣੇਸ਼ ਜੀ ਦਿਖੇ, ਹੋਰ ਵੀ ਲੋਕ ਮੱਥਾ ਟੇਕਣ। ਹਾਂ, ਬਹੁਤ ਮੱਥਾ ਟੇਕਣ ਵਾਸਤੇ ਸਾਰੇ ਡੇਲੀ ਆਉਂਦੇ। ਹੋਇਆ ਸਾਨੂੰ 11:30 ਵਜੇ ਫੋਨ ਆਇਆ ਰਾਤ ਨੂੰ, ਤੇ ਮਨ ਦੇ ਵਿੱਚ ਬਹੁਤ ਸ਼ਰਧਾ ਸੀ ਵੀ ਮੈਂ ਅਮਰਨਾਥ ਜਾਵਾਂ, ਪਰ ਜਦੋਂ ਮੈਨੂੰ ਫੋਨ ਆਇਆ ਮੈਨੂੰ ਤੁਰੰਤ ਸਕੂਟਰੀ ਅਸੀਂ ਲਈ। ਸੁਬਾਹ ਅਸੀਂ ਆਏ ਹਾਂ, ਕੀ ਦੇਖਿਆ ਅਸੀਂ? ਆ ਕੇ ਦੇਖਿਆ ਸ਼ਿਵਲਿੰਗ ਪ੍ਰਗਟ ਹੋਇਆ, ਸਾਕਸ਼ਾਤ ਦਰਸ਼ਨ ਹੋਇਆ ਸਾਨੂੰ, ਅਸੀਂ ਵੀਡੀਓ ਬਣਾਈ ਉਵੇਂ ਫ੍ਰਿਜ ਦੇ ਵਿੱਚ ਬਿਲਕੁਲ ਫਰੰਟ ਦੇ ਵਿੱਚ। ਮੈਨੂੰ ਨੇ ਫੋਨ ਕੀਆ, ਕਹਿੰਦੇ ਦਰਸ਼ਨ ਹੋਇਆ, ਸ਼ਿਵਲਿੰਗ ਬਣੀ ਹੋਈ ਆ, ਤਾਂ ਹਮਾਰੇ ਕੋ ਫਿਰ ਵੀ ਵਿਸ਼ਵਾਸ ਨਹੀਂ ਆਇਆ। ਹਮਨੇ ਕਹਾ ਅਮਰਨਾਥ ਇਤਨੀ ਦੂਰ ਜਾਤੇ ਹਮ ਦਰਸ਼ਨ ਕਰਨੇ ਕੇ ਲਿਏ, ਪਰ ਯਹਾਂ ਤੋ ਸਾਰਾ ਬਹੁਤ ਅੱਛੇ ਦਰਸ਼ਨ ਹੋਏ ਹਮਾਰੇ, ਬਹੁਤ ਸੰਗਤ ਆ ਰਹੀ ਆ। ਕਿਆ ਕਰ ਰਹੀ ਜੋ ਸੰਗਤ ਆ ਰਹੀ ਹੈ, ਵੋ ਕਿਆ ਕਰ ਰਹੀ ਹੈ? ਮੱਥਾ ਟੇਕ ਰਹੀ ਆ। ਅੱਛਾ, ਆਪ ਵੀ ਟੇਕ ਰਹੇ ਹੋ? ਹਾਂਜੀ। ਕਿਆ ਲੱਗਤਾ ਦੇਖਨੇ ਮੈਂ? ਦੇਖਨੇ ਮੈਂ ਸ਼ਿਵਲਿੰਗ ਲੱਗ ਰਿਹਾ, ਸ਼ਿਵ ਜੀ ਕੇ ਸਾਥ ਦਰਸ਼ਨ ਹੋ ਰਹੇ ਆ, ਭਜਨ ਵੀ ਹੋ ਰਹਾ। ਹਾਂਜੀ ਕੀਰਤਨ? ਹਾਂਜੀ ਹਾਂਜੀ, ਬੇਟਾ ਲਗਾਤੇ ਆ, ਸਾਰਾ ਹੀ ਉਹ ਕਰਦੇ ਆ। अगर आपने हमारे चैनल को सब्सक्राइब नहीं किया है तो इसे सब्सक्राइब कर लें।